في هذه الساعة وفي كل ساعة من ساعة الليل والنهار وليا وحافظا وقائدا وناصرا ودليلا وإن هتات تسكنه أرزق تون وتمتعه فيها طويلا يا رب محمد وآل محمد صل على محمد وآل محمد وأجل فرج آل محمد يا مولاتي يا فاطمة أغيثيني اللهم صل على محمد وآل محمد صلوات اللہ بادشاہ تہاڈا ٹرایا قبول فرماوے اللہ بادشاہ تہاڈے دل دی حسرتاں پوریاں فرماوے کیڑیاں شریعت دے مطابق ہیں اللہ بادشاہ باوے دلاور رضا شاہ دی والدہ نو صحت کاملہ دے میرے کانی دعا منگو اللہ میں مکمل صحت کاملہ واجلاتا ہوں کریم کر کے کمال سن دے بسم اللہ کریم کر کے کمال سن دے جواب دیں دے سوال سن دے کریم کر کے کمال سن دے جواب دیں دے سوال سن دے زوار توں تے زبان رکھ دے حسین گنگے دی گال سن دے یا اجازت ہے ذکر پاک شروع کریے جناب پڑھو صلوات باواز نہیں سن ڈیر فرمائشیں ہو رہے ہیں وہ موضوع ہو رہے جڑی فرمائش ہوئی ہے وہ دم موضوع ہو رہے ہیں اور جدہ وہ کیسے اور مہیلہ سے چھا دے رہا ستا شروع کر دے اللہ آج تا بانیان دی فرمائشیں منڈیاں چاہی دیا جو بانیان کل پڑے نہ آیا بات جدہ پڑھ رہا سوں نہ فارغ ہی کرنے ہاں انہوں نے آخنا اجازت دیونی نے جاؤ گھر چلے جاؤ یہ نہیں پڑھو صلوات بابا جی اللہم صلی اعوذ باللہ من الشیطان الرجیم بسم اللہ الرحمن الرحیم صلوات الحمد لله رب العالمين الصلاة والسلام على أشرف الأنبياء والمرسلين صلوات بسم الله صلات و سلام علی
من كان نبيا آدم بين الماء والتين صلوات بسم الله الرحمن الرحيم اللهم إني أسألك بحق أوصية بنت مزاحم آسن ليلا الحسين عليه السلام صلوات يا بحرا سورہ یاسین دا دل الحمد الحمد دل بسم اللہ دا دل بے دا دل بے النقطہ علی بادشاہ فرمائے انا نقطہ تلتا طلبا او بے النقطہ میں علی ابن ابی طالب علی جی بسم اللہ جی بسم اللہ دنیا کیا بات ہے بھائی ادب بسم اللہ منگتیاں نو سلطان بناوے کائنات جوائد سخیے ادبیا قرآن نیترا سا ساٹھ آیت ایندی شان دے وچ اتریے جڑا وائر کرے غازی دے پیو نالوں دی ماں دی کائی غلطی ہے بولو کیا بات ہے کیا بات ہے سارے بولو ہر باشور فرد
ਦੇ ਬਰਬਾਦ ਕਰ ਦਿੱਤੇ ਸਪੀਕਰ ਆਲਿਆ ਜ਼ਿੰਦਗੀ ਵੀ ਅਜੇ ਤਾਈਂ ਤਾਂ ਮੈਂ ਬਿਮਾਰ ਹਾਂ ਇਹ ਸਪੀਕਰ ਮੇਰੇ ਕੋ ਬਰਦਾਸ਼ਤ ਕਰਦੇ ਮੈਂ ਅਸਲ ਤਾਂ ਉਸ ਜ਼ਮਾਨੇ ਦੇ ਜ਼ਾਕਿਰ ਹਾਂ ਨਾ ਜਦੋਂ ਉਹ ਲੰਬੇ ਵੱਡੇ ਤੂਤੀਆਂ ਚੱਲਦੀਆਂ ਤੂਤੀਆਂ ਵੱਡੀਆਂ ਅਤੇ ਉਹ ਵੀ ਬੰਦ ਹੋਵੇ ਦਿਆਂ ਇਹ ਤਾਂ ਬਰਦਾਸ਼ਤ ਨਹੀਂ ਕਰਦੇ ਅੱਲਾ ਸਾਂਗਾ ਬਣਾਏ ਜਿਵੇਂ ਮੀਂਹ ਮੈਂ ਮੁਰਦਾਬਾਦ ਅਲੀਆ ਕਾ ਅਲੀ ਰਾਬਰ ਤਵੱਜੋ ਫਰਮਾਓ ਲੁਤਫ ਲਾਓ ਸ਼ੇਰ ਸੁਣਾਉਣਾ ਚਾਹਨਾ ਮਵਾਲੀਆਂ ਹਲਾਲੀਆਂ ਦੇ ਹਾਂ ਠਰ ਜਾਵੇ ਕਿਤਨਾ ਸੋਹਣਾ ਬੈਠੇ ਸੁਣਦੇ ਹੋ ਅੱਲਾ ਭਾਵੇਂ ਵਸਦੇ ਰਹੋ ਇਹਨਾਂ ਨੂੰ ਮਨ ਇਹਨਾਂ ਨੂੰ ਸੋਚਣਾ ਇਹਨਾਂ ਨੂੰ ਸੋਚਣ ਵਾਲਾ ਸ਼ੈਤਾਨ ਬਣੇ ਮੰਨਣ ਵਾਲਾ ਸਲਮਾਨ ਬਣੇ ਆ ਮੇਰਾ ਵੀਰ ਮੈਂ ਤੇਰੇ ਅਕਲ ਤੂੰ ਹੈਰਾਨ ਤੂੰ ਮੰਨਣ ਤੇ ਆਵੇ ਮਾਂ ਦੇ ਆਖੇ ਲੱਗ ਕੇ ਪਿਓ ਮੰਨ ਲੈਂਦੇ ਨਾ ਮੰਨੇ ਨਬੀ ਦੇ ਆਖੇ ਲੱਗ ਕੇ ਅਲੀ ਨੂੰ ਮੰਨੇ ਹਾਏ ਮੀਮਤ ਐਨਕ ਖਾਲਕ ਨੇ ਹਾਰ ਸ਼ਾਹ ਤੇ ਮੰਗਵਾਇਆ ਮੀਮਤ ਐਨਕ ਖਾਲਕ ਨੇ ਹਾਰ ਸ਼ਾਹ ਤੇ ਮੰਗਵਾਇਆ ਪਰ ਸ਼ਬੀਰ ਤੇ ਗਾਜ਼ੀ ਅੱਲਾ ਕਰਬਲ ਵਿੱਚ ਬੁਲਵਾਇਆ ਅੱਲਾ ਸਾਂਗਾ ਬਣਾਇਆ ਜਿਵੇਂ ਜਿਹੜਾ ਲਿਖਿਆ ਪਿਆ ਕਸੀਦਾ ਇਹ ਕਸੀਦਾ ਲਿਖਿਆ ਪਿਆ ਉਹ ਫਰਮਾਨ ਨਿਆਲ ਕੋਈ ਹਮਸਰ ਅਲੀ ਦਾ ਇਯੋ ਕੋਈ ਹਮਸਰ ਅਲੀ ਦਾ ਦਿਖਾ ਕੋਈ ਹਮਸਰ ਅਲੀ ਦਾ ਦਿਖਾ
ਹਰ ਜੰਗ ਦਾ ਸਰ ਮੋਹਰੇ ਅਲੀ ਜੈ ਗਮ ਗਫਾਰ ਹਰ ਜੰਗ ਦਾ ਸਰ ਮੋਹਰੇ ਅਲੀ ਜੈ ਗਮ ਗਫਾਰ ਬਰ ਫਲਕ ਮਲਕ ਕਾਦਰ ਅਲੀ ਸ਼ਾਹ ਜ਼ੁਲਫਕਾਰ ਬਰ ਫਲਕ ਮਲਕ ਕਾਦਰ ਅਲੀ ਸ਼ਾਹ ਜ਼ੁਲਫਕਾਰ ਹਮ ਮਲ ਮਨੁਖੀ ਰਤਨਾ ਯਾਰ ਸੇਬ ਗਾਰ ਹਮ ਮਲ ਮਨੁਖੀ ਰਤਨਾ ਯਾਰ ਸੇਬ ਗਾਰ ਬੈਠੇ ਡਰਦੇ ਨਾਗ ਦਾ ਖੌਫ ਕਲੂ ਜ਼ਰਾ ਬੁੱਢੜਾ ਬਾਲ ਰਹਾ ਬੈਠੇ ਹੱਥ ਖੜਾ ਕਰੋ ਜਿਹੜੇ ਪਿੱਛੇ ਕਿਆ ਬਾਤ ਹੈ ਬਾਈ ਤੁਹਾਡੇ ਸੁਣਨ ਦੀ ਜਦੋਂ ਸਖ ਮੈਂ ਆਵਾਂ ਅਣਮਨ ਬਣਿਆ ਅਣਮਨ ਅਣਮਨ ਨਿਭਨੇ ਅਣਮਨ ਮੁਕਰੂ ਦਾ ਮੁਕਰੂ ਕੂੜੇ ਦਾ ਕੂੜਾ ਜਦਾਂ ਆਖਿਆ ਸਮਾਵਾਂ ਕਾਇਨਾਤ ਰਸੂਲ ਨੇ ਇਸ਼ਾਰਾ ਕੀਤਾ ਹੈ ਜਿਹੜਾ ਆਖਣਾ ਮੈਂ ਸਮਝਣਾ ਤੈ ਕਿਆ ਬਾਤ ਹੈ ਬਾਈ ਤੁਹਾਡੇ ਸੁਣਨ ਦੀ ਕੌਣ ਪਹੁੰਚ ਸੀ ਗੱਲ 'ਤੇ ਮੈਂ ਸ਼ੇਰ ਸੁਣਾਵਾਂ ਮਵਾਲੀਆਂ ਹਲਾਲੀਆਂ ਦੇ ਹਾਂ ਠਰ ਜਾਵੇ ਸਾਲਿਸ ਤੋਂ ਇਸ਼ਾਰਾ ਕੀਤਾ ਜਾ ਆਮਦ ਮੁਖਤਾਰ ਸਾਲਿਸ ਤੋਂ ਇਸ਼ਾਰਾ ਕੀਤਾ ਜਾ ਆਮਦ ਮੁਖਤਾਰ ਬਾਦੇ ਦੀ ਸ਼ਿਕਾਇਤ ਤੋਂ ਸ਼ਾਇਦ ਹੋਇਆ ਬਿਮਾਰ ਬਾਦੇ ਦੀ ਸ਼ਿਕਾਇਤ ਤੋਂ ਸ਼ਾਇਦ ਹੋਇਆ ਬਿਮਾਰ ਅੱਜ ਬੰਦੀ ਦੀ ਤੋਂ ਅਰਜ਼ ਮੈਂ ਸਖਤਾ ਲਾਚਾਰ ਹੁਕਮ ਦੀ ਤਾਮੀਲ ਹੋ ਗਈ ਜਿਹੜੇ ਰੋਣ ਆਇਓ ਅੱਖ ਜਾਣੇ 1600 ਮੀਲ ਦੀ ਥੱਕੀ ਹੋਈ ਸਹਿਣ ਜਾਣੇ ਦੋ ਵੈਣ ਬਿਲਕੁਲ ਨਵੇਂ ਅੱਛਾ ਬਾਬੇ ਕੌਸਰ ਵਾਲੇ ਦੋ ਮੋੜੇ ਸੁਣਵਾਉਣੇ ਠੀਕ ਹੈ ਬਾਬਾ ਕੌਸਰ ਜੇ ਟੁਰ ਗਏ ਜ਼ਾਕਿਰ ਦਾ ਪੜਨ ਵਾਲੇ ਮੈਂ ਕੁਰਬਾਨ ਹੋਈਆਂ ਮੈਂ ਪਿਆਦਾ ਅਕਸਾ ਦੀ ਆਖਰੀ ਮੰਜ਼ਲ ਲੈ ਬੈਠੇ ਵਿੱਚ ਸਹਰਾ ਦੇ ਬੈਠਾ ਗਿਣਦਾ ਜ਼ਖਮੀ ਉਂਗਲੀਆਂ ਤੇ ਪਦ ਭੈਣ ਦੇ ਸ਼ਾਮ ਦੇ ਰਾਦੇ ਮੈਂ ਸਦਕੇ ਵਾਂ ਅਕਸਾ ਦੀ ਆਖਰੀ ਮੰਜ਼ਲ ਤੂੰ ਲੈ ਬੈਠਾ ਵਿੱਚ ਸਾਰਾ ਦੇ ਬੈਠਾ ਗਿਣਦਾ ਜ਼ਖਮੀ ਉਹ ਉਂਗਲੀਆਂ ਤੇ ਪੰਧ ਭੈਣ ਦੇ ਸ਼ਾਮ ਦੇ ਰਾਦੇ ਅਬ ਜੇ ਗੱਲ ਸੁਣਨੀ ਹੈ ਹੱਥ ਰੱਖ ਕਾਇਨਾਤ ਦੀ ਉਨ ਬਦਿਓ ਦੇ ਰੁਖ ਮੋੜ ਇਸ ਗਰਮ ਹਵਾ ਦੇ ਉਹ ਬੈਠਾ ਮਦਮ ਆਵਾਜ਼ ਚ ਬੇਣ ਕੂਆ ਕੇ ਰੱਖੇ ਖਿਆਲ ਅਕਬਰ ਦੀ ਮਦਾਮ ਆਵਾਜ਼ ਚ ਵੋ ਬੈਠਾ ਮਦਮ ਆਵਾਜ਼ ਚ ਭੈਣ ਕੂਆ ਕੇ ਰੱਖੇ ਖਿਆਲ ਅਸਗਰ ਦੀ ਮਾਂ ਕੱਲ ਮੈਂ ਵੈਣ ਕੀਤੇ ਮੈਂ ਆਖੇ ਰੱਖੇ ਖਿਆਲ ਅਕਬਰ ਦੀ ਮਾਂ ਦੇ
ਬਾਬਾ ਜ਼ੁਰੀਅਤ ਇਮਰਾਨ ਜੀ, ਬਾਬਾ ਨੌਕਰਾਂ ਨੌਕਰਾਂ, ਬਾਬਾ ਜ਼ੁਰੀਅਤ ਇਮਰਾਨ ਪਿਆ ਦਹਾਈ, ਅਕਬਰ ਦੀ ਮਾਂ ਦੇ ਅੱਖ ਨਹੀਂ ਤਾਂ ਮੇਰੀ ਤਰਫੋਂ ਇੰਨਾ ਆਖ ਵੋ ਬੈਠਾ ਮਦਮ ਆਵਾਜ਼ ਵਿੱਚ, ਭੈਣ ਕੂ ਆਖੇ ਰੱਖੇ ਖਿਆਲ ਅਸਗਰ ਦੀ, ਸਦਕੇ ਸਦਕੇ ਮੈਂ ਕੁਰਬਾਨ ਵੰਨਾ ਜੀ, ਮੈਂ ਨੌਕਰਾਂ ਧੀਆਂ ਦੇ ਪਰਦੇ, ਅਕਸਾ ਦੀ ਆਖਰੀ ਮੰਜ਼ਲ ਤੂੰ ਲੈ ਬੈਠਾ ਏ ਵਿੱਚ ਸਾਰਾ ਦੇ, ਬੈਠਾ ਗਿਣਦਾ ਜ਼ਖਮੀ ਉਂਗਲੀਆਂ ਤੇ ਪਦ, ਭੈਣ ਦੇ ਸ਼ਾਮ ਦੇ ਰਾਹ ਦੇ ਗਰਾਮ ਹਵਾ ਦੇ, ਉਹ ਬੈਠਾ ਮਦਮ ਆਵਾਜ਼ ਵਿੱਚ, ਭੈਣ ਕੂਆਂ ਖੇ ਰੱਖੇ ਖਿਆਲ ਅਕਬਰ ਦੀ, ਮਾਤਮ ਕਰਕੇ ਰੋਵਣੇ ਠਹਿਰ ਬੈਠੇ, ਮਾਫੀ ਮੰਗ ਕੇ 53 ਮਿੰਟ ਦੀ ਜੱਦੋਜੋਦ ਦੇ ਬਾਅਦ ਅਕਬਰ ਦਾ ਬਾਬਾ ਮਜ਼ਲੂਮ ਕਰਬਲਾ, ਲੁੱਟੀਆਂ ਡੁੱਖੀਆਂ ਤਸੀਆਂ ਭੇਣੀ ਦਾ ਤਸਾ ਫਿਰਾ, ਮੈਦਾਨ ਕਰਬਲਾ ਚ ਸਾਰੇ ਮਾਰੇ ਗਏ, ਮਾਂ ਦੀ ਝੋਲੀ ਸਮਝ ਕੇ ਲੈ ਬੈਠੇ, ਕਾਤੇ ਲਾਉਂਦੇ ਰਹੇ ਤੇ ਵਲਦੇ ਰਹੇ, ਮੈਂ ਕੁਰਬਾਨ ਹੋਈ ਹਾਲਤ ਇੰਜਾਈ, ਕਾਤਿਲ ਵੱਲ ਵਹਿੰਦੇ ਹਨ ਅੱਲਾ ਵਾਸਤੇ ਦੇਖ, ਮੈਂ ਦਰ ਜਦੋਂ ਨਾਵਾਂ ਕਾਤਿਲ ਵੱਲ ਆਏ ਤੇ ਇੱਕ ਕਾਤਿਲ ਆਏ ਜਨਾਬ ਫਿਜ਼ਾ, ਇੰਜ ਰੋ ਕਦੀ ਮੇਰੀ ਸੈਣ, ਹੁਣ ਤੁਹਾਡਾ ਭਰਾ ਨਹੀਂ ਬਚਦਾ ਜਿਹੜਾ ਹੁਣ ਕਾਤਿਲ ਪਿਆ ਦੇ ਆਵਾ ਦੇ ਕਦਨ, ਕਿਉਂ ਕਿਵੇਂ ਨਹੀਂ ਬਚਦਾ ਮੇਰੀ ਸੈਣ, ਅੱਗੇ ਮੈਂ ਡਹਿਦੀ ਰਹੀਆਂ ਜਿਹੜੇ ਕਾਤਿਲ ਆਉਂਦੇ ਰਹੇ ਨੇ, ਉਹ ਮੁਸਲਮਾਨ ਆਏ ਨੇ, ਮੁਸਲਮਾਨ ਨਹੀਂ ਹੈ ਨਸਰਾਨੀ ਹੈ, ਹਾਏ ਮੈਂ ਸਦਕੇ ਹਾਏ ਮੈਂ ਸਦਕੇ, ਬੀਬੀਆ ਦੀ ਇਹ ਨਸਰਾਨੀ ਹੈ ਲਿਬਾਸ ਕਨੂੰ ਮਾਲੂਮ ਹੁੰਦੀ, ਇਹ ਨਸਰਾਨੀ ਹੈ ਤਾਂ ਮੈਂ ਵਾਅਦਾ ਪਈ ਕਰੀ ਨਹੀਂ ਆ, ਬੀਬੀਆ ਦੀ ਇਹ ਨਸਰਾਨੀ ਹੈ ਤਾਂ ਮੇਰੇ ਬਿਨਾਂ ਨੂੰ ਕਤਲ ਨਾ ਕਰੇ ਸੀ, ਇਹਦੀ ਜ਼ਾਮਿਨ ਮੈਂ ਆ, ਬੀਬੀਆ ਦੀ ਜ਼ਾਮਿਨ ਪਈ ਬਣਦੀ ਹੈ, ਦੱਸ ਹੈ ਤਾਂ ਕਾਤਲ ਕਾਤਲਾਂ ਦੀ ਜ਼ਾਮਿਨ ਤੂੰ ਕਿਵੇਂ ਪਈ ਬਣਦੀ ਹੈ, ਬੀਬੀਆ ਦੀ ਏ ਉਹ ਕੌਮੇ ਜੈ ਮੇਰੀ ਮਾਂ ਬਤੂਲ ਦਾ ਹਯਾ ਕੀਤਾ, ਹਾਏ ਮੈਂ ਸਦਕੇ ਹਾਏ ਮੈਂ ਸਦਕੇ, ਜਿਹੜੀ ਰੂਹਾਨੀਅਤ ਮੈਂ ਪੜੇ ਤਾਂ ਇਹ ਮਜਲਸ ਜੰਨਤ ਬਣ ਜਾਣੀ ਹੈ, ਮੈਂ ਕੁਰਬਾਨ ਹੋਈਆਂ ਦੀਆਂ ਦੇ ਪਰਦਿਓ ਨਹੀਂ ਗੱਲ ਕਰਨ ਦੀ ਦੇਰ ਆਈ, ਬੀਬੀਆ ਦੀ ਨਸਰਾਨੀ ਹੈ ਅੰਮਾ ਫਿਜ਼ਾ ਲੱਗੀ ਵਾਂ ਇਹਦੇ ਚ ਰਸਤੇ ਦੇ ਅੰਦਰ ਵਾਂ ਕੇ ਬਹੁ, ਇਹ ਜਦੋਂ ਕੋਲੋਂ ਗੁਜ਼ਰ ਕਰੇ ਇਸ ਨੂੰ ਸਲਾਮ ਕਰੇ, ਸਲਾਮ ਕਰੀਂਦੀ ਜਾ ਤੇ ਦੋਵੇਂ ਹੱਥ ਪਛਾਣੀ ਤੇ ਰੱਖੇ, ਜੋ ਅਰਬ ਦਾ ਦਸਤੂਰ ਹੈ ਦੋਵੇਂ ਹੱਥ ਪਛਾਣੀ ਤੇ ਰੱਖੀਏ ਤਾਂ ਉਹ ਸਵਾਲ ਹੀ ਆ ਨਿਸ਼ਾਨ ਹੁੰਦੇ, ਇਹਨੂੰ ਪਤਾ ਲੱਗ ਪਿਆ ਸੀ ਕਈ ਸਵਾਲ ਲੈਣੇ, ਇਹ ਸਲਾਮ ਦਿੱਤੇ ਉਹ ਤੇਰੇ ਕੋਲੋਂ ਪੁੱਛ ਸੀ ਤੇਰਾ ਕੋਈ ਸਵਾਲ ਹੈ ਤਾਂ ਘਰ ਸਵਾਲ ਕਰ ਦੇਵੇਂ, ਤੇ ਇੱਕ ਆਖੇ ਤੂੰ ਨਸਰਾਨੀ ਹੈ ਮਾਰਨ ਪਿਆ ਵਹਿਨੇ, ਤੇ ਉਸ ਖੈਮੇ ਦੇ ਅੰਦਰ ਗਰੀਬ ਦੀ ਭੈਣ ਯਾਦ ਕੀਤੀ, ਮੈਂ ਕੁਰਬਾਨ ਹੋਈਆਂ ਦਰਵਾਜ਼ੇ 'ਤੇ ਆ ਕੇ ਦਰ 'ਤੇ ਆ ਕੇ ਖੜ ਗਈ, ਉਹ ਚੁਰਸਤੇ 'ਚ ਆ ਕੇ ਖੜ ਗਈ, ਜਨਾਬ ਫਿਜ਼ਾ ਦੂਆਂ ਹੱਥਾਂ ਨਾਲ ਸਲਾਮ ਦਿੱਤਾ, ਨਸਰਾਨੀ ਆਖਿਆ ਲੈ ਕਾ ਸਲਾਮ ਸਵਾਲ ਲੈਣੇ, ਕੋਈ ਸਵਾਲ ਕਰਨੇ ਤਾਂ ਕਰ, ਬੀਬੀ ਆਦੀ ਮੈਂ ਪੁੱਛਣਾ ਚਾਹੁੰਦੀ ਹਾਂ ਕਿਨ ਵਹਿੰਦਾ ਹੈ, ਆਦੇ ਜਿਹੜਾ ਲੱਥਾ ਬੈਠਾ ਹੈ ਇੱਕ ਵਾਰ ਕਰੇ ਸਾਂ ਵੱਡਾ ਇਨਾਮ ਪੈਸਾ, ਜਨਾਬ ਫਿਜ਼ਾ ਜੀ ਨੂੰ ਨਮਾਰ ਇਸ ਗਰੀਬ ਦੀਆਂ ਬੇਣੀ ਤੈਨੂੰ ਯਾਦ ਕੀਤੇ, ਅੱਲਾ ਦੇ ਮੁਖਾਤਿਬ ਹੋ ਗਿਆ ਦੇ ਮੇਰੇ ਅੱਲਾ ਕੋਈ ਐਡਾ ਗਰੀਬ ਜਨ ਲਾਲ ਬੇਣਾ ਵੀ ਆਈਆਂ ਹੋਈਆਂ, ਆਏ ਮੈਂ ਸਦਕੇ ਆਏ ਮੈਂ ਸਦਕੇ, ਬੀਬੀ ਫਿਜ਼ਾ ਜੀ ਇਹਦੇ ਨਾਲ ਸਿਰਫ ਬਹਿਣਾ ਨਹੀਂ ਇਹਦੇ ਨਾਲ ਛੋਟੀਆਂ ਛੋਟੀਆਂ ਧੀਆਂ, ਆ
ਨਹੀਂ ਆਵਾਣੇ ਤੇ ਤਬੀਅਤ ਮੈਂ ਲੈਂਦਾ ਲਗਾ ਉਹ ਤੈਨੂੰ ਦਰ ਤੇ ਯਾਦ ਕਰੀਂਦੀਆਂ ਇਨਾਮ ਦਾ ਲਾਲਚ ਹੀ ਨਾ ਆਏ ਦਰ ਤੇ ਬੀਬੀ ਨੇ ਪੈਗਾਮ ਦਿੱਤਾ ਸਾਹਮਣੇ ਆਇਆ ਖਲੋਤੇ ਨਸਰਾਨੀ ਜਦੋਂ ਨਸਰਾਨੀ ਦਾ ਨਾਮ ਆਏ ਬੀਬੀ ਨੇ ਚਾਦਰ ਵਿਛਾਈਏ ਹਰ ਪਰਦਾਦਾਰ ਦੇ ਮੁਖਾਤਿਬ ਹੋ ਕਦੇ ਜਾਂਦੇ ਕੋਲ ਕੋਈ ਜ਼ੇਵਰ ਲਹਾ ਦੇਵੋ ਹਰ ਬੀਬੀ ਆਂਦੀ ਪਈ ਜ਼ੇਵਰ ਲਹਿੰਦੀ ਏ ਰੁਮਾਲ 'ਚ ਰੱਖਦੀ ਏ ਹਰ ਬੀਬੀ ਆਂਦੀ ਏ ਜ਼ੇਵਰ ਲਹਿੰਦੀ ਏ ਰੁਮਾਲ 'ਚ ਰੱਖਦੀ ਏ ਇੱਕ ਛੋਟੀ ਜਿਹੀ ਬੀਬੀ ਹੈ ਜਾਂਦੇ ਕੋਲੋਂ ਦੁਰ ਨਹੀਂ ਪਹਿਲਾਂ ਦੇ ਬੀਬੀ ਆਦੀ ਅੰਮਾ ਕੋਸ਼ਿਸ਼ ਤਾਂ ਬੜੀ ਕੀਤੀ ਹੈ ਮੇਰੇ ਕੋਲ ਦੁਰ ਨਹੀਂ ਲਾਂਦੇ ਬੀਬੀ ਆਦੀ ਨਹੁੰ ਲਾਂਦੇ ਤਾਂ ਰਾਹਣ ਦੇ ਮੈਂ ਉਹ ਦੁਰ ਦੀਨੀ ਆ ਦੁਆ ਮੰਗੀ ਕਰੋ ਜਿਹੜੇ ਦੁਰ ਇੱਥੇ ਲਹਾਇਆ ਲਾ ਗਿਲਿਆ ਸ਼ਬਰ ਤਮਾਚਿਆ ਨਾਲ ਲਹਾ ਮੈਂ ਸਦੀ ਧੀਆਂ ਵਾਲੇ ਆਓ ਧੀਆਂ ਵਾਲੇ ਆਓ ਤਬੀਅਤ ਮੈਂ ਲੈਂਦਾ ਲਗਾਵੇਂ ਅੱਖ ਜਾਣੇ ਸਹਿਣ ਜਾਣੇ ਮੇਰੀ ਸਹਿਣ ਨੇ ਜ਼ੇਵਰਾਂ ਦੀ ਗੰਢ ਵਧੀ ਹੈ ਜਨਾਬ ਫਿਜ਼ਾ ਦੇ ਪੇਸ਼ ਕੀਤੀ ਇਹ ਜ਼ੇਵਰਾਂ ਦੀ ਗੱਢ ਹੈ ਉਸਨੂੰ ਆਖ ਤੈਨੂੰ ਇਨਾਮ ਦਾ ਲਾਲਚ ਹੈ ਇਹ ਜਿਹੜੇ ਜ਼ੇਵਰ ਪੈਦੀ ਨਹੀਂ ਆ ਇਹ ਸ਼ਾਹੀ ਪੰਜ ਦਫ਼ਾ ਬਰਬਾਦ ਹੋਵੇ ਪੰਜ ਦਫ਼ਾ ਆਬਾਦ ਕਰ ਸਕਦੇ ਮੇਰੀ ਸਹਿਣ ਜਨਾਬ ਫਿਜ਼ਾ ਜ਼ੇਵਰਾਂ ਵਾਲੀ ਗੰਢ ਚਾਹ ਕੇ ਨਸਰਾਨੀ ਦੇ ਪੇਸ਼ ਕੀਤੀ ਹੈ ਮੈਂ ਕੁਰਬਾਨ ਹੋ ਜਾਂ ਨਸਰਾਨੀ ਹੱਥ ਨਹੀਂ ਲਾਇਆ ਮੂੰਹ 'ਚ ਬੋਲਿਆ ਵੀ ਨਹੀਂ ਆ ਗੱਲ ਸੁਣਨੀ ਹੈ ਮੂੰਹ 'ਚ ਬੋਲਿਆ ਵੀ ਨਹੀਂ ਸਾਰੇ ਨਾਲਾ ਦੇ ਗਹਿਣਵਾ ਜਨਾਬ ਫਿਜ਼ਾ ਗੱਠੜੀ ਚਾ ਕੇ ਵਾਪਸ ਵੱਲੀ ਮੇਰੀ ਆਲੀਆ ਸਹਿਣ ਸਮਝੇ ਇਨਾਮ ਥੋੜਾ ਹੈ ਬੀਬੀਆ ਦੀ ਅੰਮਾ ਫਿਜ਼ਾ ਇਨਾਮ ਥੋੜਾ ਹੈ ਤਾਂ ਕਾਗਜ਼ ਕਲਮ ਦਾ ਵਾਤ ਗਿਣਨਾ ਕਾਗਜ਼ ਕਲਮ ਦਾ ਵਾਤ ਗਿਣਨਾ ਹੀ ਹੈ ਬੀਬੀਆ ਦੀ ਆ ਬਿਸਮਿਲ੍ਲਾ ਮੈਂ ਖਤ ਲਿਖਣਾ ਚਾਹੁੰਦੀ ਹਾਂ ਮੇਰੀ ਸਹਿਣ ਨੇ ਖਤ ਲਿਖਣਾ ਸ਼ੁਰੂ ਕੀਤਾ ਬਿਸਮਿਲ੍ਲਾ ਰਹਿਮਾਨ ਰਹੀਮ ਅੱਜ ਕਰਬਲਾ ਮਿਲ ਜਾਣੇ ਜ਼ੈਨਬ ਬਿੰਤੇ ਅਲੀ ਮੈਂ ਕੁਰਬਾਨ ਹੋ ਜਾਂ ਇੱਥੋਂ ਤਾਂ ਹੀ ਲਿਖਾ ਅਗਲੀ ਤਾਰੀਰ ਮੈਂ ਜਨਾਬ ਨੂੰ ਬੰਦ ਦੀ ਸ਼ਕਲ ਹੀ ਸੁਣਵਾਵਣੀ ਹੈ ਅੱਲਾ ਵਾਸਤੇ ਦੇਖ ਮੈਂ ਮੇਰੀ ਸਹਿਣ ਜਿਹੜੀ ਇਸ ਖਤ 'ਚ ਮਿੰਨਤ ਕੀਤੀ ਹੈ ਬੀਬੀਆ ਦੀ ਵੀਰ ਦੇ ਕਤਲ ਤੂੰ ਬਾਹਰ ਆਇਆ ਕਰ ਪੂਰੀ ਮਨਸ਼ਾ ਚ ਮੇਰਾ ਪੇਕਾ ਸਾਵਰਾ ਕੁੱਲ ਤਰਕਾ ਨਾ ਕੈਸ ਦੇ ਵੀਰ ਕਰਾ ਅਜੇ ਨਹੀਂ ਠਹਿਰ ਬੈਠੇ ਤੈਂ ਤਾਂ ਉੱਠੀ ਕੇ ਮਾਤਮ ਕਰਨੇ ਅੱਖ ਜਾਣੇ ਸਹਿਣ ਜਾਣੇ ਬੀਬੀਆ ਦੀ ਜ਼ੇਵਰ ਦੀ ਗੱਢ ਇਹ ਹੀ ਜਾਗੀਰਾਂ ਦਾ ਖਤ ਉਹ ਕੁਆਖ ਮੈਂ ਕੋਈ ਗਰੀਬ ਹਾਂ ਹਰ ਮੁਲਕ 'ਚ ਮੈਡੀਆਂ ਜਾਗੀਰਾਂ ਜਿੱਥੋਂ ਜਿੱਥੋਂ ਦੀ ਮਨਜ਼ੂਰ ਆਈ ਜਿੱਥੋਂ ਜਿੱਥੋਂ ਦੀ ਚਾਹੀਦੀ ਆਈ ਉੱਥੋਂ ਉੱਥੇ ਦੀ ਜਾਗੀਰ ਗਿਣ ਚਾ ਮੈਂ ਕੁਰਬਾਨ ਹੋ ਜਾਂ ਜਨਾਬ ਫਿਜ਼ਾ ਚਾਹ ਕੇ ਗਿਣ ਆਈਏ ਇਹ ਜ਼ੇਵਰਾਂ ਵਾਲੀ ਗੰਢ ਆਈ ਇਹ ਹੀ ਜਾਗੀਰਾਂ ਦਾ ਖਤ ਮਦੀਨੇ ਵੈਸੇ ਮੁਹੰਮਦ ਅਨਫੀਆ ਨਾਮੀ ਵਿਰਾ ਇਸ ਬੀਬੀ ਦਾ ਉਹਦੇ ਕੋਲ ਵੰਨੇ ਉਹ ਤੈਨੂੰ ਜਾਗੀਰਾਂ ਲਿਖਦੇ ਸੀ ਵੱਤ ਵੀ ਬੋਲਿਆ ਨਹੀਂ ਹੱਥ ਨਿਸਲਾਇਆ ਨਸਰਾਨੀ ਇਸ਼ਾਰਾ ਕਰਕੇ ਦੇ ਵਾਪਸ ਗਿਣੂ ਬੋਲਿਆ ਵੀ ਨਹੀਂ ਇਸ਼ਾਰਾ ਕਰਕੇ ਦੇ ਵਾਪਸ ਹਜੇ ਅੱਖੀਂ ਲੁੜਦੀਆਂ ਖਲੋਤੀਆਂ ਅਤੇ ਬੋਲਿਆ ਨਹੀਂ ਆਦੇ ਗਿਣਵਾ ਜਨਾਬ ਫਿਜ਼ਾ ਗਿਣ ਕੇ ਵਾਪਸ ਆਈਏ ਮੇਰੀ ਆਲੀ ਸਹਿਣ ਸਮਝਿਆ ਅਜੇ ਵੀ ਇਨਾਮ ਥੋੜੇ ਇਹ ਜ਼ੇਵਰੀ ਨੇ ਇਸ ਤਾਂ ਮਨਜ਼ੂਰ ਕੀਤੇ ਤਾਂ ਖਾਤੀ ਨੇ ਇਸ ਮਨਜ਼ੂਰ ਕੀਤਾ ਬੀਬੀਆ ਦੀ ਅੰਮਾ ਫਿਜ਼ਾ ਮਿਲਣਾ ਤਲਾ ਹੁਣ ਕਾਗਜ਼ ਕਲਮ ਦਾ ਵਾਤ ਗਿਣਾ ਮੈਂ ਜੰਨਤ ਦੀ ਰਸੀਦ ਲਿਖਦੀ ਹਾਂ ਹੁਣ ਮਿਲਾਵੇਂ ਬਾਈ ਮਿਜ਼ਾਜ ਮੈਂ ਜੰਨਤ ਦੀ ਰਸੀਦ ਲਿਖਦੀਆਂ ਮੈਂ ਕੁਰਬਾਨ ਹੋ ਜਾਂ ਜੰਨਤ ਦੀ ਰਸੀਦ ਲਿਖੀ ਗਈ ਬੀਬੀਆ ਦੀ ਇਹ ਜ਼ੇਵਰਾਂ ਵਾਲੀ ਗੰਢ ਹੀ
ਇਹ ਵੀ ਦੇ ਛੋੜ, ਇਹ ਜਾਗੀਰਾਂ ਵਾਲਾ ਖਤ ਇਹ ਵੀ ਦੇ ਛੋੜ, ਅਗਰ ਨਾ ਮਨਜ਼ੂਰ ਕਰੇ ਤਾਂ ਆਖੇ ਜੰਨਤ ਦੀ ਰਸੀਦ ਦਿੱਤੀ ਆਈ। ਮੈਂ ਕੁਰਬਾਨ ਹੋ ਜਾਂ ਮਰੀ ਸੈਣ ਚਾਹ ਲੈਣ ਬਾਈ ਦੇਵਰ ਗੰਢ ਚਾਹ ਕੇ ਸਾਹਮਣੇ ਆਈਏ ਬੀਬੀਆ ਦੀ ਉਹ ਨਸਰਾਨੀ ਉਸ ਗਰੀਬ ਦੀ ਭੇਣ ਪਈਆ ਦੀਏ ਦੇਵਰਾਂ ਵਾਲੀ ਗੰਢ ਆਈ ਇਹ ਜਾਗੀਰਾਂ ਵਾਲਾ ਖਤ ਆਈ ਇਹ ਤਾਂ ਮਨਜ਼ੂਰ ਨਹੀਂ ਕੀਤਾ ਤਾਂ ਜੰਨਤ ਦੀ ਰਸੀਦ ਪੈਣੀ ਦੀ ਜੰਨਤ ਜੀਂਦਿਆਂ ਡੀਂਦੀ ਆਈ। ਉਸ ਵਕਤ ਨਸਰਾਨੀ ਅੱਗੇ ਤਾਂ ਨਾਈ ਬੋਲਿਆ ਫੂਕ ਨਿਕਲ ਗਈ ਹੈ ਹੱਥ ਜੋੜ ਕੇ ਇਸ ਦੇ ਮੁਖਾਤਿਬ ਹੋ ਕੇ ਹਕਲ ਮਾਰੀ ਹੈ ਆਦੇ ਦੋਸਿਆ ਸਾਜਦਾ ਸਾਜਦਾ।